ਹੈ ਕਿ ਜਿਹੜੀ ਸਥਿਤੀ ਬਣੀ ਹੋਈ ਹੈ ਬਹੁਤ ਚਿੰਤਾਜਨਕ ਹੈ। ਜਿਸ ਤਰੀਕੇ ਡੈਡਲੋਕ ਹੋਇਆ ਉਹ ਵੀ ਬਹੁਤ ਚਿੰਤਾਜਨਕ। ਪਹਿਲਾਂ ਤਾਂ ਮੈਂ ਸੂਬੇ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ, ਕੇਂਦਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜਾ ਪ੍ਰੋਟੈਸਟ ਕਰਨਾ ਹੈ, ਪੀਸਫੁਲ ਪ੍ਰੋਟੈਸਟ, ਉਹ ਹਰ ਇੱਕ ਦਾ ਰਾਈਟ ਹੈ। ਅੱਜ ਕੱਲ੍ਹ ਜਿਹੜੀ ਕੋਈ ਵੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਦਾ, ਜਿਹੜੀ ਉਹਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ, ਇਹ ਅਨਡੈਮੋਕ੍ਰੇਟਿਕ ਤਰੀਕਾ। ਸ਼ਾਂਤਮਈ ਤਰੀਕੇ ਨਾਲ ਕੋਈ ਪ੍ਰੋਟੈਸਟ ਕਰਨਾ ਚਾਹੁੰਦਾ, ਜਾਣਾ ਚਾਹੁੰਦਾ, ਉਹਦੇ ਰਸਤੇ ਦੇ ਵਿੱਚ ਰੁਕਾਵਟਾਂ ਖੜੀਆਂ ਕਰਨੀਆਂ, ਇਸ ਤਰ੍ਹਾਂ ਦਾ ਪ੍ਰਭਾਵ ਦੇਣਾ, ਇਹ ਮੈਂ ਸਮਝਦਾ ਕਿ ਚੰਗੀ ਲੋਕਤੰਤਰੀ ਪ੍ਰਕਿਰਿਆ ਨਹੀਂ ਹੈ। ਇਹ ਫੰਡਾਮੈਂਟਲ ਰਾਈਟ ਜਿਹੜਾ ਪ੍ਰੋਟੈਸਟ ਹੈ ਉਹਦੀ ਉਲੰਘਣਾ। ਦੂਜੀ ਗੱਲ ਹੈ ਕਿ ਜਦੋਂ ਸਰਕਾਰਾਂ ਕੋਈ ਅਨਾਊਂਸਮੈਂਟ ਕਰਦੀਆਂ, ਕਿਸੇ ਦੀਆਂ ਮੰਗਾਂ ਮੰਨ ਲੈਂਦੀਆਂ, ਫਿਰ ਉਹਨੂੰ ਲਾਗੂ ਨਾ ਕਰਨ, ਇਹ ਵੀ ਬਹੁਤ ਮਾੜੀ ਗੱਲ ਹੈ। ਸੋ ਇਹਨਾਂ ਨੂੰ ਚਾਹੀਦਾ ਕਿ 2 ਸਾਲ ਪਹਿਲਾਂ ਜਿਹੜੀਆਂ ਉਹਨਾਂ ਦੇ ਨਾਲ ਵਾਅਦੇ ਕੀਤੇ ਸੀ, ਮੰਗਾਂ ਮੰਨੀਆਂ ਸੀ, ਉਹਨੂੰ ਲਾਗੂ ਕਰਨ, ਬੈਠ ਕੇ ਉਹਨਾਂ ਨਾਲ ਗੱਲ ਕਰਨ। ਹਰ ਹਾਲਤ ਦੇ ਵਿੱਚ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ, ਔਰ ਜਿਹੜੀ ਹੈ ਲੋਕਾਂ ਨੂੰ ਪੀਸਫੁਲ ਤਰੀਕੇ ਦੇ ਨਾਲ ਕਿਸਾਨਾਂ ਨੂੰ ਆਪਣਾ ਪ੍ਰੋਟੈਸਟ ਜਿਹੜੇ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ। ਜਬਰ ਕਰਨਾ, ਜ਼ੁਲਮ ਕਰਨਾ ਕਿਸੇ ਤਰੀਕੇ ਵੀ ਉਹਨਾਂ ਦੇ ਉੱਤੇ ਉਹ ਠੀਕ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨੀ ਵਾਸਤੇ ਖੜ੍ਹਾ, ਕਿਸਾਨੀ ਦੇ ਹੱਕਾਂ ਵਾਸਤੇ ਖੜ੍ਹਾ। ਸੋ ਸਾਡਾ ਪੂਰੀ ਹਮਦਰਦੀ ਹੈ, ਔਰ ਕੇਂਦਰ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਉਹ ਪ੍ਰਵਾਨ ਕਰੋ, ਤਾਂ ਜੋ ਰੇਟ ਕਾ ਖਤਮ ਹੋ। ਚੀਮਾ ਸਾਹਿਬ, ਗੱਲ ਕਰੀਏ ਪਹਿਲਾਂ ਹੀ ਉੱਥੇ ਕੱਲ੍ਹ ਡਗੋਲੇ ਵੀ ਛੱਡੇ ਗਏ, ਲਾਹੌਰ ਕਾ ਵੀ ਚੁਣਾਵ ਕਰਨਾ, ਪਹਿਲੀ ਬੈਰੀਕੇਡਿੰਗ ਕਰ ਦਿੱਤੀ। ਮੈਂ ਇਹ ਕਹਿ ਰਿਹਾ ਨਾ ਕਿ ਇਹ ਬਹੁਤ ਹੀ ਗੈਰ ਲੋਕਤੰਤਰੀ ਪ੍ਰਕਿਰਿਆ ਹੈਗੀ ਹੈ ਕਿ ਤੁਸੀਂ ਰਸਤੇ ਰੋਕ ਦਿਓ, ਪਹੁੰਚਣ ਨਾ ਦਿਓ। ਸ਼ਾਂਤਮਈ ਤਰੀਕੇ ਨਾਲ ਕੋਈ ਦਿੱਲੀ ਜਾ ਕੇ ਪ੍ਰੋਟੈਸਟ ਕਰ ਸਕਦਾ, ਇਹ ਫੰਡਾਮੈਂਟਲ ਜਿਹੜੇ ਸਾਡੇ ਅਧਿਕਾਰ ਨੇ ਉਹਦੀ ਅਲੱਗ ਨੇ, ਇੱਦਾਂ ਨਹੀਂ ਹੋਣਾ ਚਾਹੀਦਾ। ਇਹ ਚੀਜ਼ਾਂ ਸਰਕਾਰਾਂ ਨੂੰ ਜਿਹੜੀਆਂ ਇਹ ਨਹੀਂ ਕਰਨੀਆਂ ਚਾਹੀਦੀਆਂ। ਉਹਨਾਂ ਦੀਆਂ ਮੰਗਾਂ ਮੰਨ ਲਓ, ਜੇ ਤੁਹਾਨੂੰ ਇੰਨਾ ਹੀ ਹੈ ਤਾਂ ਮੰਗਾਂ ਤੁਸੀਂ ਮੰਨ ਲੈਂਦੇ ਹੋ, ਬਾਅਦ 'ਚ ਪੂਰੀਆਂ ਨਹੀਂ ਕਰਦੇ। ਜੇ ਕੋਈ ਪ੍ਰੋਟੈਸਟ ਕਰੇ ਤਾਂ ਇੱਦਾਂ ਦਾ ਵਰਤਾਰਾ ਕਰਦੇ ਹੋ, ਇਹ ਵਰਤਾਰਾ ਅੱਛਾ ਨਹੀਂ।